ਇੱਕ ਹੋਰ ਬੇਨਤੀ ਸੁਣ ਲਓ। ਸਾਡਾ ਗੁਰਚਰਨ ਨੇ ਇਹ ਕਥਾ ਕਰਦਾ, ਸਭ ਨੂੰ ਪਤਾ, ਖਲੋ ਜਾ ਭਾਈ, ਇਹ ਕਥਾ ਕਰਦਾ ਸਭ ਨੂੰ ਪਤਾ। ਤੇ ਅੱਜ ਤੋਂ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ, ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ, ਮੈਂ ਕਿਹਾ ਹੁਣ ਬਾਹਰ ਵੀ ਵਿਚਰੋ, ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ, ਕੈਮਰਾ ਘੁਮਾ ਦਿਆ ਕਰੋ ਯਾਰ, ਘੁੰਮ ਗਿਆ ਚੱਲਦੇ ਆ। ਤੇ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ, ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ, ਇਹਨੂੰ ਮੈਂ ਕਿਹਾ ਦੋ ਦਿਨ ਇੱਦਾਂ ਪ੍ਰਚਾਰ ਵਾਸਤੇ ਕੱਢਿਆ ਕਰ, ਬਾਕੀ ਦਿਨ ਇੱਥੇ ਡਿਊਟੀਆਂ ਨਿਭਾਵੇ, ਸੇਵਾਵਾਂ ਕਰੇ, ਦੋ ਦਿਨ ਪ੍ਰਚਾਰ ਤੇ। ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਕਿ ਜਕਾਰੇ ਰਾਹੀਂ ਇਹਨੂੰ ਅਸੀਸ ਦੇ ਦਿਓ, ਟਰੱਸਟ ਵੱਲੋਂ ਜਿੱਥੇ ਜਿੱਥੇ ਵੀ ਫਿਰ ਇਹ ਸੰਗਤਾਂ ਇਹਨੂੰ ਬੁਲਾਉਣਗੀਆਂ, ਜੋ ਸੇਵਾ ਦਓਗੇ ਉਹ ਫਿਰ ਸਾਰੀਆਂ ਸੰਗਤਾਂ, ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਉਹ ਟਰੱਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ। ਇਹ ਗੁਰਚਰਨ ਸਿੰਘ, ਨੰਬਰ ਵੀ ਇਹਦਾ 98765625887, ਨੰਬਰ ਵੀ ਇਹਦਾ 98765625887। ਮੈਂ ਬੋਲ ਦਿੰਦਾ, ਇਹ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ। ਚਲੋ ਬਾਬਾ, ਜਨਮ ਮਰਨ ਦੋਹੋਂ ਮੇ ਨਾਹੀ, ਜਨ ਪਰ ਉਪਕਾਰੀ ਆਏ। ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਹੁਣ ਮਾਤਾ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੋੜ ਦਿੱਤਾ, ਨਾਮ ਦੀਆਂ ਅਸੀਸਾਂ ਦੇਣੀਆਂ, ਗੁਰਬਾਣੀ ਦੀਆਂ ਅਸੀਸਾਂ ਦੇਣੀਆਂ। ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਵੇਖੋ ਗੁਰਮੁਖ ਮਾਂ ਦੀ ਅਸੀਸ ਵਿੱਚ ਕਿੱਡੀ ਵੱਡੀ ਤਾਕਤ ਜੇ ਗੁਰਮੁਖੋ। ਆਮ ਮਾਂ ਇਹ ਕਹਿੰਦੀ ਹੈ ਮੇਰੇ ਪੁੱਤਰ ਦੀ ਉਮਰ ਲੰਬੀ ਲੰਬੀ ਹੋਵੇ, ਮੇਰੇ ਪੁੱਤਰ ਨੌਕਰੀ ਵਧੀਆ ਮਿਲ ਜਾਵੇ, ਮੇਰੇ ਪੁੱਤਰ ਦਾ ਕਾਰੋਬਾਰ ਸੈੱਟ ਹੋ ਜਾਵੇ। ਪਰ ਗੁਰਮੁਖ ਮਾਂ ਕਹਿੰਦੀ ਹੇ ਮੇਰੇ ਲਾਲ, ਹੇ ਮੇਰੇ ਪੁੱਤਰ, ਤੈਨੂੰ ਪਰਮੇਸ਼ਰ ਦਾ ਨਾਮ ਕਦੇ ਨਾ ਵਿਸਰੇ। ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਸਤਸੰਗੀਓ, ਹੁਣ ਬਾਬਾ ਜੀ 4-5 ਸਾਲ ਦੀ ਉਮਰ ਹੈ, ਤੇ ਮਾਤਾ ਜੀ ਨੇ ਉਂਗਲ ਦੇ ਨਾਲ ਲਾ ਲੈਣਾ, ਕਿੱਥੇ ਲੈ ਕੇ ਜਾਣਾ, ਡਿੱਠੇ ਸੱਬੇ ਥਾਮ ਨਹੀਂ ਤੁਦ, ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਲੈ ਕੇ ਆਉਣਾ। ਉੱਥੋਂ ਫਿਰ ਗੁਰੂ ਰਾਮਦਾਸ ਦੇ ਚਰਨਾਂ ਨਾਲ ਬਾਬਾ ਜੀ ਦਾ ਪਿਆਰ ਪੈਣਾ ਸ਼ੁਰੂ ਹੋ ਗਿਆ, ਤੇ ਦਿਨੋਂ ਦਿਨ ਇਹ ਪਿਆਰ ਵਧਿਆ। ਅੱਜ ਮਾਤਾ ਗੁਰੂ ਰਾਮਦਾਸ ਦੇ ਚਰਨਾਂ 'ਚ ਬਾਬਾ ਦੀਪ ਸਿੰਘ ਨੂੰ ਲੈ ਕੇ ਆਈ ਹੈ, ਸਰੋਵਰ 'ਚ ਇਸ਼ਨਾਨ ਕਰਾਇਆ, ਅੰਦਰ ਦਰਸ਼ਨ ਦਿਦਾਰੇ ਕੀਤੇ, ਕੁਝ ਸਮਾਂ ਸੇਵਾ ਕੀਤੀ ਮਾਤਾ ਜੀ ਨੇ, ਨਾਲ ਮਾਤਾ ਜੀ ਦੇ ਸਪੁੱਤਰ ਸਾਡੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਪੁੱਤਰ ਕੋਲ ਨਾਲ ਸੇਵਾ ਕਰਾਈ, ਤੇ ਜਾਣ ਲੱਗਿਆ ਜਦੋਂ ਵਾਪਸ ਮਾਤਾ ਚੱਲੀ ਨਾ, ਦਰਸ਼ਨ ਦਿਦਾਰੇ ਕਰਕੇ ਇਸ਼ਨਾਨ ਕਰਕੇ ਤੇ ਜਾਣ ਲੱਗੇ, ਗਲ 'ਚ ਪੱਲਾ ਪਾ ਲਿਆ। ਕੋਲ ਸਾਡੇ ਬਾਬਾ ਜੀ ਖਲੋਤੇ ਨੇ, ਅਜੇ ਨਾਮ ਦੀਪ ਹੈ, ਮਾਤਾ ਲਾਡ ਦਾ ਦੀਪਾ ਦੀਪਾ ਆਖਦੀ ਹੈ। ਅੱਜ ਮਾਤਾ ਨੇ ਗਲ 'ਚ ਪੱਲਾ ਪਾਇਆ, ਆਖਣਗੇ ਹੇ ਧੰਨ ਗੁਰੂ ਰਾਮਦਾਸ ਪਿਤਾ ਜੀ, ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ, ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਬਖਸ਼ੇ ਮਹਾਰਾਜ ਜੀ। ਹੇ ਗੁਰੂ ਰਾਮਦਾਸ ਪਿਤਾ ਜੀ, ਮੇਰੀ ਗਰੀਬੜੀ ਦੀ ਤੇਰੇ ਚਰਨਾਂ ਵਿੱਚ ਬੇਨਤੀ ਹੈ, ਇੱਕ ਯੋਧਰੀ ਹੈ, ਇੱਕ ਤਰਲਾ ਹੈ, ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰਿਓ, ਮੇਰੇ ਪੁੱਤਰ ਦੀਪੇ ਦੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਪੈ ਜਾਵੇ, ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ।
ਮਾਤਾ ਅੰਦਰ ਜੁੜ ਕੇ ਫਰਿਆਦਾਂ ਪਈ ਕਰਦੀ ਹੈ, ਅਰਦਾਸਾਂ ਪਈ ਕਰਦੀ ਹੈ, ਜਿਵੇਂ ਉਹ ਸਮਾਂ ਵੀ ਗੁਰੂ ਕਹਿ ਰਿਹਾ ਹੋਵੇਗਾ। ਉਹ ਕੁਦਰਤ ਵੀ ਇਹ ਗੱਲ ਕਹਿ ਰਹੀ ਹੋਵੇਗੀ, ਹੇ ਮਾਂ ਜੀਵਣੀ, ਅੱਜ ਇਸ ਪੁੱਤਰ ਦੀ ਤੂੰ ਅਰਦਾਸ ਪਈ ਕਰਦੀ ਹੈ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਾ। ਗੁਰੂ ਰਾਮਦਾਸ ਬੜੇ ਵੱਡੇ ਨੇ, ਗੁਰੂ ਰਾਮਦਾਸ ਨੇ ਬੜੀ ਬਖਸ਼ਿਸ਼ ਕਰਨੀ ਹੈ। ਤੂੰ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਪੁੱਤਰ ਦੀ ਗੁਰੂ ਰਾਮਦਾਸ ਤੇਰੇ ਚਰਨਾਂ ਦਾ ਪ੍ਰੀਤੀ ਪੈ ਜਾਵੇ, ਪਿਆਰ ਪੈ ਜਾਵੇ। ਹੇ ਮਾਤਾ ਸ਼ਾਇਦ ਤੂੰ ਨਾ ਵੇਖੇ, ਹੇ ਮਾਤਾ ਜੀਵਣੀ ਸ਼ਾਇਦ ਤੂੰ ਨਾ ਵੇਖੇ, ਸੰਸਾਰ ਵੇਖੇਗਾ, ਜੱਗ ਵੇਖੇਗਾ, ਤੇਰੇ ਪੁੱਤਰ ਦੀ ਇਹੋ ਜਿਹੀ ਪ੍ਰੀਤ ਪਵੇਗੀ, ਇਹੋ ਜਿਹਾ ਪਿਆਰ ਪਵੇਗਾ। ਇੱਥੇ ਤੇਰੇ ਪੁੱਤਰ ਦੀਪੇ ਨੇ ਇੱਕ ਦਿਨ ਧੰਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਬੋਲੇ। ਸੰਸਾਰ ਵੇਖੇਗਾ, ਜਗਤ ਵੇਖੇਗਾ, ਦੁਨੀਆ ਵੇਖੇਗੀ, ਜੱਗ ਵੇਖੇਗਾ। ਜਿਸ ਪੁੱਤਰ ਦੀ ਅਰਦਾਸ ਬਈ ਕਰਦੀ ਹੈ ਨਾ, ਇਸੇ ਤੇਰੇ ਪੁੱਤਰ ਦੀਪੇ ਨੇ ਇੱਕ ਦਿਨ ਧੰਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਦੇਣਾ ਹੈ। ਸਤਸੰਗੀਓ, ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਬੇਨਤੀ ਕਰਦਾ ਹੁੰਦਾ, ਜਦੋਂ ਅਸੀਂ ਧੰਨ ਬਾਬਾ ਦੀਪ ਸਿੰਘ ਧੰਨ ਆਖਦੇ ਹਾਂ ਨਾ, ਉਦੋਂ ਗੁਰੂ ਰਾਮਦਾਸ ਪਿਤਾ ਵੀ ਬੜੇ ਪ੍ਰਸੰਨ ਹੁੰਦੇ ਜੀ। ਕਿਉਂ? ਗੁਰੂ ਰਾਮਦਾਸ ਫਿਰ ਕਹਿੰਦੇ ਨੇ, ਕਿਤੇ ਕੋਈ ਮੇਰੇ ਦਰ ਤੇ ਆਉਂਦਾ ਹੈ ਕੜਾਹ ਪ੍ਰਸ਼ਾਦ ਲੈ ਕੇ ਆਉਂਦਾ ਹੈ, ਕੋਈ ਮੇਰੇ ਦਰ ਤੇ ਆਉਂਦਾ ਮਾਇਆ ਭੇਟਾ ਕਰਦਾ ਹੈ, ਕੋਈ ਮੇਰੇ ਦਰ ਤੇ ਆਉਂਦਾ ਰਮਾਲਾ ਸਾਹਿਬ ਲੈ ਕੇ ਆਉਂਦਾ ਹੈ, ਕੋਈ ਹੋਰ ਵਸਤੂਆਂ ਲੈ ਕੇ ਆਉਂਦਾ। ਪਰ ਜਿਸ ਬਾਬੇ ਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ, ਜਿਸ ਬਾਬਾ ਦੀਪ ਸਿੰਘ ਤੁਸੀਂ ਧੰਨ ਕਹਿ ਰਹੇ ਹੋ, ਉਸ ਬਾਬੇ ਨੇ ਮੇਰੇ ਦਰ ਤੇ ਆਪਣਾ ਪਵਿੱਤਰ ਸੀਸ ਹੀ ਭੇਟਾ ਕਰ ਦਿੱਤਾ। ਪਰ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਹੀ ਮੇਰੇ ਚਰਨਾਂ 'ਚ ਭੇਟਾ ਕਰ ਦਿੱਤਾ। ਪਾਗਾਂ ਵਾਲਿਓ, ਜਿਵੇਂ ਗੁਰੂ ਰਾਮਦਾਸ ਕਹਿੰਦੇ ਹੋਣਗੇ, ਉਹ ਦੀਪ ਸਿੰਘ ਪੁੱਤਰ ਅੱਜ ਤੋਂ ਖੀਸਾ ਮੇਰਾ ਹੋਵੇਗਾ, ਹੱਥ ਤੇਰਾ ਹੋਵੇਗਾ, ਜਿੱਦੀਆਂ ਮਰਜ਼ੀ ਝੋਲੀਆਂ ਭਰੀ ਆ। ਅੱਜ ਬਾਬਾ ਦੀਪ ਸਿੰਘ ਅਕਿਰਤ ਘਣਾਂ ਦੀਆਂ ਝੋਲੀਆਂ ਭਰਦੇ ਪਏ ਨੇ, ਪ੍ਰਤੱਖ ਨੂੰ ਕਦੀ ਪ੍ਰਮਾਣ ਦੇਣ ਦੀ ਲੋੜ ਨਹੀਂ ਗੁਰਮੁਖ ਹੁੰਦੀ, ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਦੇ ਪਏ ਹੋ। ਰੈਬਰ ਸਾਰੇ ਚੰਗੇ ਨੇ, ਪੈਗੰਬਰ ਸਾਰੇ ਚੰਗੇ ਨੇ, ਸਾਧੂ ਸਾਰੇ ਚੰਗੇ ਨੇ ਗੁਰਮੁਖੋ, ਬਾਕੀ ਰੈਬਰ ਬਾਕੀ ਪੈਗੰਬਰ ਗੁਣਵਾਨਾਂ ਦੀਆਂ ਝੋਲੀਆਂ ਭਰਦੇ ਨੇ, ਪਰ ਧੰਨ ਬਾਬਾ ਦੀਪ ਸਿੰਘ ਮਾਣ ਕਰਿਓ ਗੁਰਮੁਖੋ, ਤੁਸੀਂ ਜਿਹਦੇ ਪਿਆਰ 'ਚ ਤੁਸੀਂ ਬੈਠੇ ਹੋ ਨਾ, ਜਿਸ ਬਾਬੇ ਦੇ ਗੁਣ ਗਾ ਰਹੇ ਹੋ, ਉਹ ਧੰਨ ਬਾਬਾ ਦੀਪ ਸਿੰਘ ਜੀ ਗੁਣਵਾਨਾਂ ਦੀਆਂ ਝੋਲੀਆਂ ਵੀ ਭਰਦੇ ਨੇ, ਤਾਂ ਔਗਣ ਆੜੇ ਦੀ ਝੋਲੀਆਂ ਵੀ ਭਰੀ ਜਾ ਰਹੀ। ਅੱਜ ਬਾਬਾ ਦੀਪ ਸਿੰਘ ਅਕਿਰਤ ਘਣਾਂ ਦੀਆਂ ਝੋਲੀਆਂ ਭਰਦੇ, ਅਕਿਰਤ ਘਣਾਂ ਦੀਆਂ ਝੋਲੀਆਂ, ਧੰਨ ਬਾਬਾ ਦੀਪ ਸਿੰਘ ਤੁਸੀਂ ਅਕਿਰਤ ਘਣਾਂ ਨੂੰ ਵੀ ਪਾਲਦੇ ਹੋ।